ਗੁਰਦਾਸਪੁਰ ਦੇ ਪੁਰਾਣਾ ਪਿੰਡ ਤੋਂ ਇੱਕ ਵਿਆਹਤਾ ਅਤੇ 28 ਸਾਲਾ ਬੱਚੇ ਦੀ ਮਾਂ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਆਰੋਪ ਲਗਾਏ ਹਨ ਕਿ ਉਹਨਾਂ ਦੀ ਨੂੰਹ ਨੂੰ ਉਹਨਾਂ ਦੇ ਹੀ ਇੱਕ ਰਿਸ਼ਤੇਦਾਰਾਂ ਦੇ ਮੁੰਡੇ ਨੇ ਅਗਵਾ ਕੀਤਾ ਹੈ। ਜਦੋਂ ਉਹ ਘਰ ਤੋਂ ਕੱਪੜੇ ਅਤੇ ਹੋਰ ਸਮਾਨ ਲੈਣ ਲਈ ਬਾਜ਼ਾਰ ਗਈ ਸੀ, ਉਹਨਾਂ ਕਿਹਾ ਪੁਲਿਸ ਨੂੰ ਸ਼ਿਕਾਇਤ ਦਿੱਤੇ ਹੋਏ 6 ਦਿਨ ਬੀਤ ਚੁੱਕੇ ਹਨ, ਪਰ ਪੁਲਿਸ ਆਰੋਪੀਆਂ ਦਾ ਸਾਥ ਦੇ ਰਹੀ ਹੈ, ਜਿਸ ਕਰਕੇ ਅੱਜ ਉਹਨਾਂ ਨੇ ਥਾਣੇ ਅੱਗੇ ਰੋਸ ਪ੍ਰਦਰਸ਼ਨ ਕਰ ਮੰਗ ਕੀਤੀ ਕਿ ਆਰੋਪੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਸਾਰੇ ਟਾਈਮ ਲੈ ਲੈ ਕੇ ਉਹਨਾਂ ਨੂੰ ਮਾਂ ਨੂੰ ਵੀ ਫੜਦੇ ਆ, ਪਿਓ ਨੂੰ ਵੀ ਫੜਦੇ, ਮੁੜ ਕੇ ਉਸੇ ਵੇਲੇ ਕਿਸੇ ਨੂੰ ਫੜਦੇ ਪੁਰਾਣੇ ਪਿੰਡ ਦਾ ਜਸਵੀਰ ਹੈ ਸਰਪੰਚ, ਉਹ ਸਪੋਰਟ ਕਰ ਦਿਆ। ਮੇਰੀ ਨੌਂ ਤੋਂ ਘਰੋਂ ਸੌਦਾ ਲੈਣ ਗਈ ਹੈ ਬੱਚੇ ਦੇ ਵਾਸਤੇ, ਪਜਾਮੀਆਂ ਲੈਣ ਗਈ, ਕੱਪੜੇ ਲੈਣ ਗਈ ਹੈ ਬੱਚੇ ਵਾਸਤੇ, ਗਈਆਂ ਦਰਾਣੀ ਜਿਠਾਣੀ ਆ, ਆਪੋ ਆਪਣੇ ਕੰਮਾਂ ਨੂੰ, ਹੁਣ ਮੈਂ ਆਪਣੇ ਕੰਮ ਜਾਣਾ, ਇਹਨੇ ਆਪਣੇ ਕੰਮ ਜਾਣਾ, ਇਹ ਗਈਆਂ ਬੱਸੇ ਇਕੱਠੀਆਂ, ਉਹ ਆਪਣੇ ਕਰਿਆਨੇ ਦਾ ਸੌਦਾ ਘਰ ਲੈ ਕੇ ਆ ਗਈ ਆ। ਇਹ ਭਾਜੀ 10-11 ਵਜੇ ਤੋਂ ਗਈ, ਮੁੜ ਕੇ ਇਹ ਘਰ ਨਹੀਂ ਆਈ, ਤੇ ਇਹ ਧੱਕੇ ਸ਼ਾਹੀ ਨਾਲ ਲੈ ਗਏ ਮੇਰੀ ਧੀ ਨੂੰ, ਮੇਰੀ ਧੀ ਨੇ ਘਰੋਂ ਕੁਛ ਨਹੀਂ ਖੜਿਆ। ਤੁਹਾਨੂੰ ਕਿਸੇ ਸ਼ੱਕ ਪਿਆ ਉਸ ਬੰਦੇ ਤੇ? ਹਾਂਜੀ ਭਾਜੀ, ਉਹਦਾ ਫੋਨ ਬੰਦ ਆਉਂਦਾ, ਉਹਦਾ ਆਉਣ ਜਾਣ ਵੀ ਹੋ ਗਿਆ, ਸਾਡੇ ਘਰ ਆਉਣ ਜਾਣ ਹੋ ਗਿਆ ਸੀ, ਤੇ ਸ਼ੱਕ ਸਾਨੂੰ ਤਾਂ ਪਿਆ। ਕੀ ਮੰਗ ਤੁਹਾਡੀ? ਸਾਡੀ ਮੰਗ ਆ ਵੀ ਸਾਡੀ ਨੌਂ ਜਿਹੜੀ ਆ ਸਾਡੇ ਘਰ ਆ ਜਾਏ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਉਹ ਦਿੱਤੀ ਜਾਵੇ ਵੀ ਜਿਹੜੀ ਯਾਦ ਕਰ। ਮੈਂ ਗੁੜੀਆ ਦੀ ਮਾਂ ਵਾਂ, ਮੇਰੀ ਗੁੜੀਆ ਕਿਡਨੈਪ ਹੋਈ ਆ, ਅੱਜ 6 ਦਿਨ ਮੇਰੀ ਗੁੜੀਆ ਪੁਰਾਣੇ ਪਿੰਡ ਵਿਆਹੀ ਆ, ਤੇ ਮੇਰੀ ਗੁੜੀਆ ਕੱਪੜੇ ਲੈਣ ਗਈ ਆ, ਬਸ ਉੱਥੋਂ ਗੁੜੀਆ ਜਿਹੜੀ ਆ ਕਿਡਨੈਪ ਕੀਤੀ ਗਈ ਆ, ਤੇ ਆਪਣੇ ਪਰਿਵਾਰ ਬੱਚਾ ਛੋਟਾ ਜਿਹਾ ਤਰਲੇ ਲੈਣ ਡਿਆ, ਰੋਣ ਡਿਆ, ਉਹਦੇ ਡੈਡੀ ਦੀਆਂ ਰਿਕਾਰਡਿੰਗਾਂ ਉਹਨੇ ਕੁੜੀ ਨੇ ਰਾਤੀ ਪਤਾ ਨੀ ਪਾਈਆਂ ਵਾ, ਕਿੱਥੋਂ ਵਿਚਾਰੇ ਨੇ ਕਿੱਦਾਂ ਕਰਕੇ ਉਹਨੂੰ ਸਾਨੂੰ ਪਾਈਆਂ ਵਾ, ਫੋਨਾਂ ਤੇ ਅਸੀਂ ਜੋੜ ਕੇ ਫੋਨ ਤੇ ਰਿਕਾਰਡਿੰਗਾਂ ਉਹਨਾਂ ਦੀਆਂ ਸੁਣੀਆਂ, ਫਿਰ ਅਸੀਂ ਭੱਜੇ ਹਾਂ, ਤੇ ਸਾਡੀ ਇਹ ਪੁਲਿਸ ਵਾਲੇ ਜਿਹੜੇ ਸੁਣ ਨਹੀਂ ਡੇ, 6 ਦਿਨ ਹੋ ਗਏ ਰੋਜ਼ ਥਾਣੇ ਉਹਨਾਂ ਦੇ ਘਰ ਜਾਂਦੇ, ਪੈਸੇ ਲੈ ਕੇ ਆ ਜਾਂਦੇ ਆ, ਤੇ ਸਾਡੀ ਕੁਝ ਨਹੀਂ ਸੁਣਦੇ। ਨਹੀਂ ਜੀ ਨਹੀਂ, ਮੁੰਡੇ ਦੀ ਮਾਂ ਨੂੰ ਵੀ ਲਿਆਂਦਾ ਸੀ, ਫਿਰ ਛੱਡ ਦਿੰਦੇ ਜੀ, ਪਿਓ ਨੂੰ ਵੀ ਲਿਆਂਦਾ, ਤੇ ਭੈਣਾਂ ਨੂੰ ਵੀ ਪਤਾ ਜੀ, ਭੈਣਾਂ ਨੂੰ ਵੀ ਪਤਾ, ਰੋਟੀ ਵੀ ਦੇ ਕੇ ਆਉਣ ਡਈਆਂ ਜਿੱਥੇ ਵੀ ਜਾਂਦੇ ਆ, ਫਿਰ ਉਹਨਾਂ ਨੂੰ ਮਗਰ ਸਾਰੀ ਸਪੋਰਟ ਮਗਰ ਪਹੁੰਚਾਉਣ ਡਈਆਂ ਜੀ, ਅਸੀਂ ਬੜੇ ਔਖੇ ਹਾਂ। ਮੇਰੀ ਬੇਨਤੀ ਹੈ, ਉਹ ਮੇਰੀ ਧੀ ਮੈਨੂੰ ਚਾਹੀਦੀ ਜੀ, ਮੈਨੂੰ ਹੋਰ ਕੱਖ ਨਹੀਂ ਚਾਹੀਦਾ, ਮੇਰੇ ਸਾਹਮਣੇ ਇਹਨਾਂ ਨੂੰ ਕੋ ਕਰੇ ਮੇਰੀ ਗੁੜੀਆ, ਇਹ ਮੇਰੇ ਮਲਾਉਣ ਨਹੀਂ ਦੇ, ਮੈਂ ਕੀ ਕਰਾਂ, ਮੈਨੂੰ ਕੁਝ ਸਮਝ ਨਹੀਂ ਆਉਣ ਡਈ, ਨਾ ਮੈਨੂੰ ਕੋਈ ਪਤਾ ਲੱਗਦਾ, ਨਾ ਮੈਨੂੰ ਸਹੁਰਨ, ਮੈਂ ਇਕੱਲੀ ਜਨਾਨੀ, ਮੇਰਾ ਘਰ ਵਾਲਾ ਬਾਹਰ, ਮੇਰਾ ਜਵਾਈ ਬਾਹਰ, ਇਸ ਵਕਤ ਜਵਾਈ ਮੇਰਾ ਬਾਹਰ ਬੈਠਾ, ਜਵਾਈ ਮੇਰਾ ਦੁਬਈ ਦੇ ਵਿੱਚ ਆ, ਘਰ ਵਾਲਾ ਮੇਰਾ ਸਾਊਦੀ ਅਰਬ ਦੇ ਵਿੱਚ ਆ, ਮੈਂ ਅੱਜ ਆਹ ਵੇਖੋ 6 ਦਿਨ ਹੋ ਗਏ ਆ ਨਾਤੀ ਨੂੰ, ਮੈਨੂੰ ਤਾਂ ਧੱਕੇ ਖਾਂਦੀ ਫਿਰਨ ਲਈ, ਨਾ ਮੈਂ ਰੋਟੀ ਦੀ ਮੂੰਹ ਚ ਬੁਰਕੀ ਪਾਈ। ਇੱਕੋ ਕਾਕਾ 2.5 ਸਾਲਾਂ ਦਾ, ਮੈਂ ਪੈਸੇ ਦੇਣ ਜੋਗੀ ਨੀ, ਮੈਂ ਗਰੀਬ ਨੀ ਜੇ, ਅਸੀਂ ਗਰੀਬੀ ਆ, ਮੈਂ ਪੈਸੇ ਨੀ ਦੇਣ ਜੋਗੀ, ਮੈਂ ਦਿਹਾੜੀ ਕਰਦੀ ਆ, ਮੈਂ ਕੋਈ ਕੰਮ ਧੰਦਾ ਨੀ, ਮੇਰਾ ਕੋਈ ਨੌਕਰੀ ਨੀ, ਮੇਰੇ ਘਰ ਵਾਲੇ ਨੂੰ ਅਜੇ ਮਹੀਨਾ ਹੀ ਹੋਇਆ ਗਏ। ਮੇਰਾ ਨਾਮ ਜਸਪਾਲ ਸਿੰਘ। ਹਾਂਜੀ, ਕੀ ਮਸਲਾ? ਕੀ ਹੁੰਦਾ ਮਸਲਾ? ਮੇਰੀ ਨੂੰਹ ਆ ਜੀ। ਕੀ ਗੱਲ ਜੀ? ਇਹ ਪਤਾ ਨੀ ਆਪਣੇ ਜਿਹੜਾ ਕਰਮਜੀਤ, ਉਹਦਾ ਆਪਣੇ ਲੜਕਾ ਕੱਢ ਕੇ ਲੈ ਗਿਆ, ਤੇ ਜਸਵੀਰ ਸਿੰਘ ਸਰਪੰਚ ਪੁਰਾਣੇ ਪਿੰਡ ਦਾ, ਉਹ ਆਪਣੇ ਸਾਰੀ ਸਪੋਰਟ ਕਰਾਉਣ ਦਾ ਸੈਰੀਕਲਚਰ ਤੇ ਸੀ, ਤਾਂ ਨੀ ਪੁਲਿਸ ਸਾਡਾ ਕੁਛ ਵੀ ਕਰਨ ਲਈ। ਕਿੰਨੇ ਦਿਨ ਹੋ ਗਏ? 6 ਦਿਨ ਹੋ ਗਿਆ ਜੀ। ਕੀ ਆਉਂਦੀ ਪੁਲਿਸ? ਪੁਲਿਸ ਜਾਂਦੀ ਆ, ਪੈਸੇ ਲੈ ਕੇ ਆ ਦਿੰਦੀ ਆ ਜੀ। ਮੈਂ ਉੱਥੇ ਕੁਰਸੀ ਡਾ ਕੇ ਬੈਠਾ, ਮੈਂ ਬਿਮਾਰ ਹਾਂ, ਹੋਰ ਦਿੰਦਾ ਹੋਇਆ ਵਾ, ਆਹ ਵੇਖੋ ਮੇਰੇ ਨੂੰ, ਮੇਰਾ ਖੂਨ ਘੱਟ ਗਿਆ। ਕੀ ਕੁੜੀ ਨੂੰ ਜ਼ਬਰਦਸਤੀ ਲੈ ਗਏ? ਜ਼ਬਰਦਸਤੀ ਆ। ਕਿੰਨੇ ਬੱਚੇ ਉਹਦੇ? ਇੱਕ ਬੱਚਾ ਏਡਾ ਕੁ ਵਿਚਾਰਾ ਰੋਣ ਡਿਆ, 23 ਸਾਲ ਦਾ, ਛੋਟਾ ਜਿਹਾ। ਅੱਛਾ, ਕੀ ਮੰਗ ਕਰਦੇ ਤੁਸੀਂ? ਮੰਗ ਇਹੋ ਕਰਦੇ ਹਾਂ ਵੀ ਸਾਡੇ ਪ੍ਰਸ਼ਾਸਨ ਸੁਣੇ। ਤੁਹਾਡੀ ਨੂੰਹ ਲੱਗਦੀ ਹੈ? ਨੂੰਹ ਲੱਗਦੀ ਹੈ। ਲੜਕੀ ਕੀ ਕਰਨੀ ਜੋ ਸੀ, 25 ਸਾਲ ਦੀ ਉਮਰ ਹੈ, ਇੱਕ ਉਹਦਾ ਬੇਟਾ ਆ, ਉਹ ਘਰੋਂ ਗਏ ਸੀ ਕੱਪੜੇ ਲੈਣ ਵਾਸਤੇ ਅਤੇ ਆਏ ਨਹੀਂ ਵਾਪਸ। ਇਹਨਾਂ ਨੇ ਦਰਖਾਸਤ ਦਿੱਤੀ ਸੀਗੀ, ਉਹਦੇ ਵਿੱਚ ਆਪਾਂ ਤਸਦੀਕ ਕੀਤਾ ਸੀ ਨੰਬਰ ਕਾਰਡ ਡਿਟੇਲਾਂ ਦੇ ਆਧਾਰ ਦੇ ਉੱਤੇ, ਪਰ ਇਹਦੇ ਉਹਦੇ ਕੋਈ ਅਜੇ ਤੱਕ ਸਾਨੂੰ ਪ੍ਰੋਪਰ ਅਡਰੈਸ ਨਹੀਂ ਲੱਭਾ। ਅਤੇ ਜੋ ਵੀ ਸਟੇਟਮੈਂਟ ਇਹਨਾਂ ਨੇ ਟਾਈਮ ਲਿਆ ਸੀ ਸਾਡੇ ਕੋਲ, 2 ਦਿਨ ਦਾ ਇੱਕ ਵਾਰੀ, 2 ਦਿਨ ਦਾ ਇੱਕ ਵਾਰੀ ਇਹਨਾਂ ਸਾਡੇ ਕੋਲ ਟਾਈਮ ਲਿਆ ਸੀਗਾ ਵਰਤ ਲਈ,
ਕਿ ਅਸੀਂ ਲੱਭ ਰਹੇ ਹਾਂ ਪਰ ਲੜਕੇ ਤਾਂ ਲੜਕੀ ਦੇ ਪਰਿਵਾਰ ਦੇ ਨਾਲ ਲੜਕੇ ਦੋਨੇ ਲੱਭ ਰਹੇ ਹਾਂ ਪਰ ਇਹਨਾਂ ਨੇ ਹੁਣ ਸਾਡੇ ਕੋਲ ਆਏ ਨੇ ਕਿ ਜੋ ਸਟੇਟਮੈਂਟ ਦੇਣ ਕੋਈ ਕਾਰਵਾਈ ਹੁੰਦੀ ਹੈ ਸਰ ਇਹ ਤੁਹਾਡੇ ਮੁਲਾਜ਼ਮ ਗਏ ਨੇ ਵਾਪਸ ਆ ਗਏ ਨੇ ਇਹਦਾ ਕੀ ਮਸਲਾ ਹੈ ਅੱਗੋਂ ਮਿਲਿਆ ਨਹੀਂ ਜੀ ਇਹਨੂੰ ਲੈਣ ਵਾਸਤੇ ਗਏ ਉਹ ਘਰ ਨਹੀਂ ਮਿਲੇ ਪੈਸਿਆਂ ਦੇ ਕਹਿੰਦੇ ਪੈਸੇ ਲੈ ਲਏ ਮੁਲਾਜ਼ਮ ਉਹ ਉਹਨਾਂ ਮੁਲਾਜ਼ਮ ਦੇ ਬਾਅਦ ਦੇ ਸਕਦਾ ਮੈਂ ਨਹੀਂ ਮਿਲ ਸਕਦਾ ਕੀ ਪਰਚਾ ਕੀ ਕੱਟਦੇ ਹੋ ਜੋ ਸਟੇਟਮੈਂਟ ਦੇ ਮੁਤਾਬਕ ਜੋ ਤੁਹਾਡਾ